ਇਹ ਸਰ ਨਵੇਂ ਅਸੀਂ ਲਾਂਚ ਕੀਤੇ ਨੇ, ਆਹ ਦੇਖੋ ਇਹਦੇ ਉੱਪਰ ਹੈ ਜਿਹੜਾ ਸਰ ਸਾਰਾ ਸਨੇਕ ਲੈਦਰ ਯੂਜ਼ ਕੀਤਾ ਹੋਇਆ ਹੈ, ਸਾਈਡ ਉੱਤੇ ਜਿਹੜਾ ਪੇਟੈਂਟ ਲੈਦਰ ਆ, ਇਹ ਪੇਟੈਂਟ ਲੈਦਰ ਆ, ਬਿਲਕੁਲ ਸਰ। ਸਰ ਜਾਨੀ ਉਹੀ ਹੈ ਜਿਹਦਾ ਗਾਣਾ ਤਿੱਤਰੀ ਆ ਰਿਹਾ ਸਰ, ਜਿਨ੍ਹਾਂ ਦਾ ਸੌਂਗ ਹੈ ਯਾਰ ਮੇਰਾ ਤਿੱਤਰੀਆਂ ਮਾਰ ਗਿਆ, ਬਿਲਕੁਲ ਸਰ ਬਿਲਕੁਲ। ਅੱਛਾ ਇਹ ਉਹਨਾਂ ਨੂੰ ਦੇਣ ਆ? ਹਾਂਜੀ ਸਰ ਉਹਨਾਂ ਨੂੰ ਜਾ ਰਿਹਾ ਜੀ ਵਾਲਾ ਬੈਗ। ਦੇਖੋ ਵੀ ਗੱਲਬਾਤ ਪੂਰੀ ਆ, ਹਾਂ ਪ੍ਰੋਪਰ ਨਾਮ ਲਿਖਿਆ, ਇਨੀਸ਼ੀਅਲਸ ਕਿਤੇ ਨੇ ਉਹਨਾਂ ਦੇ ਨਾਮ ਦੇ। ਅੱਛਾ ਜਿਵੇਂ ਆਏ ਦੇਖ ਸਕਦੇ ਹੋ, ਹਾਂਜੀ ਆਏ ਬੈਗ ਬਣਵਾ ਕੇ, ਬਿਲਕੁਲ ਮਨ ਕੋਈ ਨਾਮ ਦਾ ਲਿਖਾਉਣਾ ਚਾਹੁੰਦਾ, ਬਿਲਕੁਲ ਸਰ ਤੁਸੀਂ ਕੁਝ ਵੀ ਇਹਦੇ ਉੱਤੇ ਕਰਾ ਸਕਦੇ ਹੋ। ਸਰ ਕਿਉਂ ਨਹੀਂ, ਰੰਗ ਜਿਹੜੇ ਮਰਜ਼ੀ ਬਣਾ ਲਈਏ, ਪਿਓਰ ਲੈਦਰ ਆ, ਕੋਈ ਵੀ ਕਲਰ ਆਪ ਇਹਦੇ ਵਿੱਚ ਕਸਟਮਾਈਜ਼ ਕਰ ਸਕਦੇ ਹਾਂ। ਹਾਂ ਜੀ, ਤੁਸੀਂ ਮਤਲਬ ਇਹਦੀ ਫੀਲ ਟੱਚ ਕਰ ਸਕਦੇ ਹੋ, ਸਨੇਕ ਸੀ ਨਾ ਜੀ, ਸਹੀ ਹੈ ਬਿਲਕੁਲ ਸਰ। ਵੀਡੀਓ ਲਗਾਈਏ ਤਾਂ ਪੂਰੇ ਸਟੋਰ ਦੇ ਅੰਦਰ ਅਪਰੋਕਸੀਮੇਟਲੀ 250 ਡਿਜ਼ਾਈਨ ਸਰ ਲੱਗੇ ਹੋਏ ਨੇ ਸਾਡੇ ਕੋਲ, ਡਿਸਪਲੇ ਹੋ ਚੁੱਕੇ ਆ, ਡਿਸਪਲੇ ਲੱਗਾ ਹੋਇਆ ਜੀ ਬਿਲਕੁਲ ਜੀ। ਤੇ ਜਿਵੇਂ ਹੁਣ ਆ ਪਈ ਆ ਕੋਈ ਆਫਰ ਵਗੈਰਾ ਇਹਨਾਂ ਤੇ ਭਰਾ? ਹਾਂਜੀ ਸਰ, ਜੀ ਤੁਹਾਨੂੰ ਵੈਕੇਸ਼ਨ ਆਫਰ ਸਰ ਇਹਦੇ ਉੱਤੇ ਲਾਇਆ ਆਪਾਂ, ਜਿਵੇਂ ਆਹ ਹੋ ਗਿਆ ਹੈ ਨਾ ਜੀ, ਇਹ ਕੁੜੀਆਂ ਵਾਲਾ ਕਿ ਮੁੰਡਿਆਂ ਵਾਲਾ? ਸਰ ਇਹ ਯੂਨੀਸੈਕਸ ਆਰਟੀਕਲ ਹੈ, ਯੂਨੀਸੈਕਸ ਹੈ ਨਾ, ਮਤਲਬ ਆਪਦੇ ਕਲਰ ਹਿਸਾਬ ਨਾਲ ਲੈ ਸਕਦੇ ਹੋ। ਹਾਂਜੀ ਕਿੰਨੇ ਪਰਸੈਂਟ ਆਫ ਆ ਇਹਨਾਂ ਤੇ? ਸਰ ਇਹਨਾਂ ਤੇ 40% ਚੱਲ ਰਿਹਾ ਜੀ, ਪਾਉਂਦੇ ਆ ਚਾਹੀਦਾ ਜੀ। ਮੈਂ ਆਪ ਇਹ ਜੇ ਪਾ ਕੇ ਰਾਜੀ ਹਾਂ, ਮੈਨੂੰ ਆਹ ਬਹੁਤ ਸੋਹਣਾ ਲੱਗਿਆ ਯਾਰ। ਸਰ ਇਹਦੇ ਵਿੱਚ ਅਸੀਂ ਪ੍ਰੋਪਰ ਕ੍ਰਿਸਟ ਵਾਲਾ ਸਾਰਾ ਯੂਜ਼ ਕੀਤਾ ਹੋਇਆ। ਹਾਂ ਜੀ, ਇਹ ਕਿੰਨੇ ਕਿਦਾ ਹੋਊਗਾ? TPR ਸੋਲਸ ਨੇ ਇਹਦੇ। ਹਾਂ ਸਰ, ਇਹਦੀ ਜਿਹੜੀ ਕਾਸਟ ਹੈਗੀ 10,500 ਹੈ। ਤੇ ਕੋਈ ਵੀਡੀਓ ਦੇਖ ਕੇ ਆਵੇ ਮਾੜਾ ਮੋਟਾ? ਸਰ ਬਿਲਕੁਲ ਡਿਸਕਾਊਂਟ ਕਰਾਂਗੇ ਜੇ ਕੋਈ ਵੀਡੀਓ ਦੇਖ ਕੇ ਆ ਰਿਹਾ। ਹਾਂ ਕੋਈ ਸਰ ਦੇਖੋ, ਕਲਰ ਹੀ ਮੈਨੂੰ ਸਮਝ ਆਇਆ ਹੈ ਕਿਹੜਾ, ਇਹ ਸ਼ਾਈਨਿੰਗ ਬੜੀ ਹੈ ਇਹਦੀ। ਹਾਂਜੀ ਸਰ, ਇਹ ਪੇਟੈਂਟ ਲੈਦਰ ਯੂਜ਼ ਕੀਤਾ ਹੋਇਆ, ਉਹ ਤਾਂ ਤੁਹਾਨੂੰ ਬਲੈਕ ਲੱਗ ਰਿਹਾ ਵਾ। ਹਾਂ ਜੀ, ਨਾ ਕਿ ਚੈਲਸੀ ਕਹਿੰਦੇ, ਕੀ ਕਹਿੰਦੇ ਇਹਨੂੰ? ਸਰ ਇਹ ਚੈਲਸੀਆ ਸ਼ੂ ਹੈ ਜੀ, ਪੇਟੈਂਟ ਲੈਦਰ ਦੇ ਵਿੱਚ। ਪੇਟੈਂਟ ਹੈਗੇ ਬਲੂ ਸ਼ੇਡ ਦੇ ਵਿੱਚ ਹੈ ਨਾ, ਆ ਦੇਖ ਸਕਦੇ ਹੋ ਤੁਸੀਂ ਕੈਮਰੇ ਦੇ ਦਰਸ਼ਕੋ, ਤੁਹਾਡੀ ਸਕਰੀਨ ਤੇ ਨਜ਼ਰ ਆ ਜਾਣਗੇ, ਆ ਬਲੂ ਸ਼ੇਡ ਦੇ ਵਿੱਚ ਭਰਾ, ਇਹ ਬੜੇ ਸੋਹਣੇ ਆ, ਆ ਆ ਵੀ ਬਹੁਤ ਸੋਹਣਾ। ਆ ਚੱਕੀ ਆ ਦੇ ਸਰ, ਸਵੀਟ ਲੈਦਰਸ ਆਪਾਂ ਯੂਜ਼ ਕੀਤਾ ਹੋਇਆ ਇਹਦੇ ਵਿੱਚ। ਅੱਛਾ ਹਾਂਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵਕਤ ਜਲੰਧਰ ਦੇ ਵਿੱਚ ਆ ਮਾਡਲ ਟਾਊਨ, ਬਹੁਤ ਮਸ਼ਹੂਰ ਇਲਾਕਾ ਹੈ ਜਿੱਥੇ ਪਹੁੰਚੇ ਹੋਏ ਹਾਂ ਬਗੋਚ ਬ੍ਰਾਂਡ ਵਾਲਿਆਂ ਕੋਲ। ਕੈਪਸ਼ਨਸ ਦੇ ਬਿਲਕੁਲ ਸਾਹਮਣੇ ਸਾਨੂੰ ਨਵੇਂ ਆਰਟੀਕਲ ਦਿਖਾਉਣੇ ਆ, ਲੈਦਰ ਦੇ ਸ਼ੂਜ਼, ਪਿਓਰ ਲੈਦਰ, ਲੈਦਰ ਮਤਲਬ ਲੈਦਰ। ਆਜੋ ਕਿਰਾ, ਆਜੋ ਮੇਰੇ ਨਾਲ, ਤੁਹਾਨੂੰ ਬਹੁਤ ਤਕੜੀ ਵਰਾਇਟੀ ਦਿਖਾਉਣੀ ਆ। ਮੁੰਡੇ ਦੀ ਪੜ੍ਹਾਈ ਵੀ ਯੂਰਪ 'ਚੋਂ ਕੀਤੀ ਹੋਈ ਆ, ਆਹ ਜਿੰਨੀਆਂ ਵੀ ਤੁਹਾਨੂੰ ਬੈਲਟ ਮੈਂ ਦੱਸ ਰਹੀਆਂ ਨਾ, ਸਾਰੀਆਂ ਪਿਓਰ ਲੈਦਰ ਦੀਆਂ ਨੇ, ਕਾਰਵਿੰਗ ਵਗੈਰਾ ਹੋਈ ਆ ਉੱਤੇ, ਨਿਕਾਸ਼ੀ ਵਗੈਰਾ। ਆਹ ਦੇਖ ਸਕਦੇ ਹੋ ਤੁਸੀਂ ਕਿੰਨੇ ਆਰਟੀਕਲ ਪਏ ਆ। ਆਪਣੇ ਨਾਲ ਸਿਮਰ ਬੀਰਾਵਾ ਵੀਰੇ, ਸਤਿ ਸ਼੍ਰੀ ਅਕਾਲ, ਕੀ ਹਾਲ ਸਰ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਠੀਕ ਠਾਕ, ਬਹੁਤ ਵਧੀਆ ਸਰ। ਗੱਲ ਹੈਗੀ ਹੈ ਇਹ ਵੀ ਅੱਜ ਨਵੇਂ ਆਰਟੀਕਲ ਆਏ ਆ। ਬਿਲਕੁਲ ਸਰ, ਨਵੇਂ ਆਰਟੀਕਲਸ ਹੋਰ ਅਸੀਂ ਲਾਂਚ ਕੀਤੇ ਨੇ ਜੀ। ਅਤੇ ਇੱਕ ਸਭ ਤੋਂ ਪਹਿਲਾਂ ਗੱਲ ਕਰੀਏ ਆਹ ਜਾਨੀ, ਬਿਲਕੁਲ ਸਰ, ਇਹ 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 ਸਰ ਜਾਨੀ ਉਹੀ ਹੈ ਜਿਹਦਾ ਗਾਣਾ ਤਿੱਤਰੀਆਂ ਆ ਰਿਹਾ ਸਰ, ਜਿਨ੍ਹਾਂ ਦਾ ਸੌਂਗ ਹੈ ਯਾਰ ਮੇਰਾ ਤਿੱਤਰੀਆਂ ਮਾਰ ਗਿਆ, ਬਿਲਕੁਲ ਸਰ ਬਿਲਕੁਲ। ਅੱਛਾ ਇਹ ਉਹਨਾਂ ਨੂੰ ਦੇਣ ਆ? ਹਾਂਜੀ ਸਰ, ਉਹਨਾਂ ਨੂੰ ਜਾ ਰਿਹਾ ਜੀ ਵਾਲਾ ਬੈਗ। ਦੇਖੋ ਵੀ ਗੱਲਬਾਤ ਪੂਰੀ ਆ, ਹਾਂ ਪ੍ਰੋਪਰ ਨਾਮ ਲਿਖਿਆ, ਇਨੀਸ਼ੀਅਲਸ ਕਿਤੇ ਨੇ ਉਹਨਾਂ ਦੇ ਨਾਮ ਦੇ। ਅੱਛਾ ਜਿਵੇਂ ਆਏ ਦੇਖ ਸਕਦੇ ਹੋ, ਹਾਂਜੀ ਆਏ ਬੈਗ ਬਣਵਾ ਕੇ, ਬਿਲਕੁਲ ਮਨ ਕੋਈ ਨਾਮ ਦਾ ਲਿਖਾਉਣਾ ਚਾਹੁੰਦਾ, ਬਿਲਕੁਲ ਸਰ ਤੁਸੀਂ ਕੁਛ ਵੀ ਇਹਦੇ ਉੱਤੇ ਕਰਾ ਸਕਦੇ ਹੋ। ਤੁਸੀਂ ਆਪਣਾ ਵਾ ਜਾਂ ਕੋਈ ਡਿਜ਼ਾਈਨ 'ਚ ਮਾੜਾ ਮੋਟਾ ਹੇਰ ਫੇਰ ਕਰਾਉਣਾ, ਉਹ ਕਰਾ ਸਕਦਾ, ਬਿਲਕੁਲ ਸਰ। ਇਹਨੂੰ ਤੁਸੀਂ ਆਪਣੇ ਤਰੀਕੇ ਨਾਲ ਸਾਰਾ ਕਸਟਮਾਈਜ਼ ਕਰ ਸਕਦੇ ਹੋ। ਜਿੱਦਾਂ ਜਾਨੀ ਆਪਾਂ 007 ਲਿਖਿਆ ਹੋਇਆ, ਹਾਂ ਤੁਸੀਂ ਆਪਣਾ ਇਹਦੇ ਉੱਤੇ ਨਾਮ ਜਾਂ ਨਾਮ ਦੇ ਇਕੱਲੇ ਦੋ ਇਨੀਸ਼ੀਅਲਸ ਕੁਛ ਵੀ ਲਿਖਾ ਲਓ। ਹਾਂਜੀ ਬਿਲਕੁਲ, ਮਤਲਬ ਅੱਖਰ ਲਿਖਾ ਲਓ, ਕੁਛ ਵੀ ਲਿਖਾ ਲਓ ਨਾ, ਕੋਈ ਵੀ ਅਕਸ਼ਰ ਸਰ, ਕੋਈ ਵੀ ਡਿਜਿਟ ਤੁਸੀਂ ਲਿਖਾ ਸਕਦੇ ਹੋ। ਗੱਲ ਹੈਗੀ ਇਹ ਫਿਰ ਜਾਨੀ ਕੋਲੇ ਜਾਣਾ ਹੈ, ਬਿਲਕੁਲ ਸਰ। ਸੋਹਣਾ ਬਹੁਤ ਆ, ਮੈਂ ਤਾਂ ਲੱਗਦਾ ਯਾਰ ਮੈਨੂੰ ਵੀ ਬਣਾ ਕੇ ਦੇ ਇਹ, ਬਿਲਕੁਲ ਸਰ ਕਿਉਂ ਨਹੀਂ, ਰੰਗ ਜਿਹੜੇ ਮਰਜ਼ੀ ਬਣਾ ਲਈਏ, ਪਿਓਰ ਲੈਦਰ ਆ, ਕੋਈ ਵੀ ਕਲਰ ਆਪ ਇਹਦੇ ਵਿੱਚ ਕਸਟਮਾਈਜ਼ ਕਰ ਸਕਦੇ ਹਾਂ। ਅੱਛਾ, ਈਵਨ ਸਾਡੇ ਕੋਲ 16 to 17 ਕਲਰਸ ਤੇ ਜਿਹੜੇ ਲੈਦਰਸ ਨੇ ਅਵੇਲੇਬਲ ਹੋਣਗੇ। ਸ਼ੀਸ਼ੇ 'ਚ ਮੈਂ ਦੇਖਿਆ ਕੈਂਟਾ ਗੱਲਬਾਤ, ਮਤਲਬ ਰੰਗ ਕਾਫੀ ਹੈ, ਪਿਓਰ ਲੈਦਰ ਆ ਇਹਦੀ, ਸਾਰਾ ਪਿਓਰ ਲੈਦਰ ਹੈ। ਕਰੰਚ ਅਸੀਂ ਇਹਦੇ ਵਿੱਚ ਲੈਦਰ ਯੂਜ਼ ਕੀਤਾ ਹੋਇਆ ਸਾਰਾ। ਤੁਸੀਂ ਦੇਖ ਸਕਦੇ ਕ੍ਰੋਕੋਡਾਈਲਸ ਨੇ ਵਾਲੀਆਂ ਜੀ, ਤੁਸੀਂ ਚਾਹੋ ਸਨੇਕਸ ਵੀ ਕਰ ਸਕਦੇ ਹੋ, ਸਿੰਪਲ ਵੀ ਇਹਨੂੰ ਕਰ ਸਕਦੇ ਹੋ ਜਿਵੇਂ ਕਹੋਗੇ ਉਵੇਂ, ਹੈ ਨਾ? ਬਿਲਕੁਲ ਸਰ। ਤੇ ਇਹ ਤਾਂ ਹੋ ਗਿਆ ਜਾਨੀ ਵੀਰੇ ਕੋਲੇ ਜਾਣਾ, ਹੈ ਨਾ? ਬਿਲਕੁਲ ਜੀ। ਤਾਂ ਇਦੋਂ ਬਾਅਦ ਆਪਾਂ ਦੇਖੀਏ ਵੈਰਾਇਟੀ, ਮੈਨੂੰ ਇੰਨੇ ਆਹ ਇਹ ਆਰਟੀਕਲ ਨਵੇਂ ਆਏ ਜਿਹੜੇ ਤੁਹਾਡੇ, ਇਹਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਇਹ ਸਰ ਨਵੇਂ ਅਸੀਂ ਲਾਂਚ ਕੀਤੇ ਨੇ, ਆਹ ਦੇਖੋ ਇਹਦੇ ਉੱਪਰ ਹੈ ਜਿਹੜਾ ਸਰ ਸਾਰਾ ਸਨੇਕ ਲੈਦਰ ਯੂਜ਼ ਕੀਤਾ ਹੋਇਆ ਹੈ, ਸਾਈਡ ਉੱਤੇ ਜਿਹੜਾ ਪੇਟੈਂਟ ਲੈਦਰ ਆ, ਇਹ ਪੇਟੈਂਟ ਲੈਦਰ ਆ, ਬਿਲਕੁਲ ਸਰ ਜੀ। ਤੇ ਗੱਲ ਹੈਗੀ ਹੈ ਇਹ ਭਰਾ, ਤੇ ਇਹ ਜਮਾਂ ਹੀ ਨਵਾਂ, ਤੇ ਇਹਦਾ ਰੇਟ ਕੀ ਹੋਊਗਾ?
ਸਰ ਇਹ ਅਪਰੋਕਸੀਮੇਟਲੀ 9,500 ਦਾ ਹੈਗਾ ਜੀ ਆਰਟੀਕਲ ਹੈ ਜਿਹੜਾ 9,500 ਹਾਂਜੀ ਸਰ ਬਿਲਕੁਲ ਅਤੇ ਗੱਲ ਵੀ ਵੱਡੀ ਆ ਫਿਰ ਇਹ ਡਿਜ਼ਾਈਨ ਯੂਨੀਕ ਆ ਯੂਨੀਕ ਚੀਜ਼ਾਂ ਨੇ ਸਰ ਇਹ ਵਾਲੀਆਂ ਹਾਂ ਇਸੇ ਕਰਕੇ ਥੋੜ੍ਹਾ ਜਿਹਾ ਰੇਟ ਤੁਹਾਨੂੰ ਜ਼ਿਆਦਾ ਲੱਗੂਗਾ ਬਿਲਕੁਲ ਸਰ ਵੀ ਇੰਨਾ ਮਹਿੰਗਾ ਪਰ ਗੱਲ ਹੋ ਗਈ ਜਦੋਂ ਦੇਖੋਗੇ ਯੂਨੀਕ ਆ ਪਿਓਰ ਲੈਦਰ ਆ ਅਤੇ ਉੱਥੇ ਦਾ ਫਿਰ ਤੁਹਾਨੂੰ ਪਤਾ ਬਿਲਕੁਲ ਸਰ ਅਤੇ ਆਹ ਭਰਾ ਸਰ ਇਹ ਵੀ ਸਨੀਕ ਲੈਦਰ ਦੇ ਵਿੱਚ ਹੈ ਹਾਂ ਜੀ ਤੁਸੀਂ ਮਤਲਬ ਇਹਦੀ ਫੀਲ ਟੱਚ ਕਰ ਸਕਦੇ ਹੋ ਸਨੀਕ ਸੀ ਨਾ ਜੀ ਸਹੀ ਹੈ ਬਿਲਕੁਲ ਸਰ ਸਾਈਡ ਨੇ ਜਿਹੜੀ ਆਪਾਂ ਯੂਜ਼ ਕੀਤੀਆਂ ਨੇ ਉਹ ਵੀ ਸਾਰੇ ਪੇਟਨ ਲੈਦਰਸ ਦੇ ਵਿੱਚ ਨੇ ਪੇਟਨ ਲੈਦਰ ਜਦੋਂ ਥੋੜਾ ਜ਼ਿਆਦਾ ਸ਼ਾਈਨ ਦੇ ਵਿੱਚ ਸੀਗਾ ਇਹਨੂੰ ਅਸੀਂ ਡਲ ਕੀਤਾ ਹੋਇਆ ਥੋੜਾ ਜਿਹਾ ਬਿਲਕੁਲ ਦੇਖੋ ਵਰਾਇਟੀ ਤਾਂ ਇਹਨਾਂ ਕੋਲ ਕਮਾਲ ਹੀ ਆ ਆ ਲਾਸਟ ਟਾਈਮ ਵੀ ਮੈਨੂੰ ਬਹੁਤ ਚੰਗਾ ਲੱਗਾ ਸੀ ਇਹ ਆਰਟੀਕਲ ਬਹੁਤ ਜਾਂਦਾ ਨਾ ਹਾਂਜੀ ਸਰ ਬਿਲਕੁਲ ਇਹ ਸਿੰਗਲ ਮੌਂਕ ਹੈ ਇੱਕ ਫੋਰਐਵਰ ਆਰਟੀਕਲ ਹੈ ਵਾਲਾ ਜੀ ਇਹ ਮਤਲਬ ਇਹ ਬਹੁਤ ਸੋਹਣਾ ਲੱਗਦਾ ਮੈਨੂੰ ਆ ਲੁੱਪੀ ਜੀ ਵਾਲਾ ਨਾ ਹਾਂਜੀ ਹਾਂਜੀ ਸਰ ਇਹ 'ਚ ਵੀ ਕਲਰ ਆਪਸ਼ਨ ਹੋਰ ਹੋ ਸਕਦੀ ਹੈ ਬਿਲਕੁਲ ਸਰ ਇਹਦੇ ਤੁਸੀਂ ਬਰਾਊਨ ਕਰ ਸਕਦੇ ਹੋ ਕਲਰ ਟੈਨ ਕਰ ਸਕਦੇ ਹੋ ਹਾਂ ਈਵਨ ਵਾਈਨ ਦੇ ਵਿੱਚ ਵੀ ਜਾ ਸਕਦੇ ਹੋ ਕੋਈ ਵੀ ਕਲਰ ਬਸ ਇਹ ਰੰਗ ਆ ਹੀ ਬਹੁਤ ਸੋਹਣਾ ਇਹ ਸਰ ਬਿਲਕੁਲ ਮਿਡਨਾਈਟ ਬਲੈਕ ਕਲਰ ਹੈ ਤੁਸੀਂ ਬਣਾਉਣਾ ਹੀ ਚੁਣੀਂਦੇ ਆ ਬਿਲਕੁਲ ਸਰ ਕਿੰਨੇ ਆਰਟੀਕਲ ਹੋਣਗੇ ਮਤਲਬ ਕਿ ਡਿਜ਼ਾਈਨ ਦੇ ਵਸਲ ਸਰ ਅਪਰੋਕਸੀਮੇਟਲੀ ਜੇ ਅਸੀਂ ਆਈਡੀਆ ਲਗਾਈਏ ਤਾਂ ਪੂਰੇ ਸਟੋਰ ਦੇ ਅੰਦਰ ਅਪਰੋਕਸੀਮੇਟਲੀ 250 ਡਿਜ਼ਾਈਨਸ ਲੱਗੇ ਹੋਏ ਨੇ ਸਾਡੇ ਕੋਲ ਡਿਸਪਲੇ ਹੋ ਚੁੱਕੇ ਆ ਡਿਸਪਲੇ ਲੱਗਾ ਹੋਇਆ ਜੀ ਮੈਨੂੰ ਲੱਗਦਾ ਹੁਣ ਕੋਈ ਥਾਂ ਦੀ ਕਮੀ ਆ ਹਨਾ ਬਿਲਕੁਲ ਸਰ ਨਹੀਂ ਤਾਂ ਹੋਰ ਵੀ ਸ਼ਾਇਦ ਕਰ ਸਕਦੇ ਹਾਂਜੀ ਹੋਰ ਵੀ ਕਰ ਸਕਦੇ ਹਾਂ ਜੀ ਕਿਉਂ ਨਹੀਂ ਤੇ ਇੱਕ ਵਾਰ ਹੋਰ ਦੱਸਿਓ ਜੀ ਕਸਟਮਾਈਜ਼ ਵੀ ਕਰ ਦਿੰਦੇ ਹੋ ਬਿਲਕੁਲ ਸਰ ਕਸਟਮਾਈਜ਼ੇਸ਼ਨ ਕਿਸੇ ਨੇ ਲੱਗਿਆ ਵੀ ਕਿਸੇ ਨੇ ਉਹ ਯਾਰ ਉਹ ਕਿਸੇ ਨੇ ਉੱਤੇ ਜਿਹੜੇ ਸ਼ੈਡਲਸ ਉੱਤੇ ਪੱਟੀ ਸੈਡਲਸ ਹਾਂਜੀ ਸਰ ਸੈਡਲਸ ਹੁੰਦੀਆਂ ਨੇ ਜਿੱਦਾਂ ਮੈਂ ਤੁਹਾਨੂੰ ਦਿਖਾਉਣਾ ਵਾਂ ਇਹਦੇ ਲੱਗੀਆਂ ਸਰ ਸ਼ੂਜ਼ ਦੇ ਉੱਤੇ ਹਾਂ ਮਤਲਬ ਇਹ ਜਿਹਾ ਤਰ੍ਹਾਂ ਦਾ ਕੋਈ ਕਿਸੇ ਨੇ ਮਾੜਾ ਸੈਡਲਸ ਚਾਹੁੰਦੇ ਹੋ ਤੁਸੀਂ ਜੀ ਜਿੱਦਾਂ ਸਰ ਵੈਮ ਦੇ ਵਿੱਚ ਅਸੀਂ ਕ੍ਰੋਕੋਡਾਈਲ ਯੂਜ਼ ਕੀਤਾ ਹੋਇਆ ਤੁਸੀਂ ਚਾਹੁੰਦੇ ਹੋ ਕਿ ਇਹਦੇ ਵਿੱਚ ਸਨੇਕਸ ਯੂਜ਼ ਕਰਨੇ ਨੇ ਇਹਨੂੰ ਪਲੇਨ ਰੱਖਣਾ ਤੁਸੀਂ ਕੁਝ ਵੀ ਤਰੀਕੇ ਨਾਲ ਕਰ ਸਕਦੇ ਹੋ ਮਤਲਬ ਸੈਟਿੰਗ ਕਰਾਉਣੀ ਹੈ ਮਾੜੀ ਮੋਟੀ ਹੇਅਰ ਫੇਅਰ ਡਿਜ਼ਾਈਨ ਹਾਂਜੀ ਹਾਂਜੀ ਕੁਝ ਵੀ ਸੈਟਿੰਗਸ ਤੁਸੀਂ ਕਰਾਉਣੀਆਂ ਨੇ ਉਹ ਤੁਸੀਂ ਕਰਾ ਸਕਦੇ ਹੋ ਇਵਨ ਕਲਰ ਆਪਸ਼ਨਸ ਵੀ ਤੁਹਾਡੇ ਕੋਲ ਰਹਿਣਗੀਆਂ ਕਲਰ ਜਿੱਦਾਂ ਦਾ ਤੁਸੀਂ ਚਾਹੁੰਦੇ ਹੋ ਆਪਾਂ ਉਹ ਵੀ ਕਰ ਸਕਦੇ ਹਾਂ ਤੇ ਇੱਕ ਮੈਨੂੰ ਦੱਸਿਓ ਹੁਣ ਜੀ ਸਰ ਛੁੱਟੀਆਂ ਵਾਲਾ ਕੰਮ ਚੱਲਣਾ ਹਾਂਜੀ ਸਰ ਅੱਗੇ ਜਿੱਦਾਂ ਜਾਣੇ ਆ ਤੱਤੀਆਂ ਠੰਡੀਆਂ ਥਾਵਾਂ ਤੇ ਬਿਲਕੁਲ ਠੰਡੀਆਂ ਤੇ ਹੀ ਜਾਣਗੇ ਗਰਮੀ ਦੇ ਇੱਥੇ ਬਿਲਕੁਲ ਬਹੁਤ ਬਿਲਕੁਲ ਜੀ ਤੇ ਜਿਵੇਂ ਹੁਣ ਆ ਪਈ ਆ ਕੋਈ ਆਫਰ ਵਗੈਰਾ ਇਹਨਾਂ ਤੇ ਭਰਾ ਹਾਂਜੀ ਸਰ ਜੀ ਤੁਹਾਨੂੰ ਵਕੇਸ਼ਨ ਆਫਰ ਸਰ ਇਹਦੇ ਉੱਤੇ ਲਾਇਆ ਆਪਾਂ ਜਿਵੇਂ ਆਹ ਹੋ ਗਿਆ ਹਨਾ ਜੀ ਇਹ ਕੁੜੀਆਂ ਵਾਲਾ ਕਿ ਮੁੰਡਿਆਂ ਵਾਲਾ ਸਰ ਇਹ ਯੂਨੀਸੈਕਸ ਆਰਟੀਕਲ ਹੈ ਯੂਨੀਸੈਕਸ ਹਨਾ ਮਤਲਬ ਆਪਦੇ ਕਲਰ ਹਿਸਾਬ ਨਾਲ ਲੈ ਸਕਦੇ ਹਾਂ ਹਾਂਜੀ ਕਿੰਨੇ ਪਰਸੈਂਟ ਆਫ ਆ ਇਹਨਾਂ ਤੇ ਸਰ ਇਹਨਾਂ ਤੇ 40% ਚੱਲ ਰਿਹਾ ਜੀ ਆਫ 40% ਹਾਂਜੀ ਕਿੰਨੀ ਫੀ ਰੇਟ ਆ ਅੱਧਾ ਸਰ ਇਹਦਾ ਰੇਟ ਹੈ ਜਿਹੜਾ 10,000 ਹੈ 10,000 ਆ ਹਾਂਜੀ 40 ਘੱਟ ਕੇ ਉਸ ਹੱਥੇ ਦਰਸ਼ਕ ਆਪਦਾ ਕਰ ਲੈਣਗੇ ਬਿਲਕੁਲ ਸਰ ਆਪਾਂ ਥੋੜ੍ਹੇ ਜਿਹੇ ਘੱਟ ਹਿਸਾਬ ਕਰਦੇ ਹਾਂ ਆਹ ਵੀ ਆ ਗਏ ਹਨਾ ਇਸ ਕਿਸਮ ਦੇ ਆਰਟੀਕਲਸ ਤੇ ਹਾਂਜੀ ਸਰ ਮਤਲਬ ਨੂੰ ਆਫ 40% ਆਫ ਹੈ ਇਹਨਾਂ ਤੇ ਹਾਂਜੀ ਹਾਂਜੀ ਸਰ ਹੁਣ ਜਿੱਦਾਂ ਇਹ ਵਾਲਾ ਆਰਟੀਕਲ ਹੈ 11,500 ਦਾ ਹਾਂ ਇਹਦੇ ਉੱਤੇ ਵੀ 40% ਆਫ ਹੈ ਵੱਡੀ ਸਰ ਆ ਲੱਗਾ ਹੋਇਆ ਜੀ ਜੀ ਸਰ 8,500 ਆ ਆਰਟੀਕਲ ਹੈਗਾ ਵਾ 8,500 ਹਾਂਜੀ ਇਹਦੇ ਉੱਤੇ ਵੀ ਸਰ ਜਿਹੜਾ ਆਫ ਹੈ 40% ਆ ਇਹਦੇ ਵਿੱਚ 40 ਆ ਇਹ ਤਾਂ ਫਿਰ ਨੇੜੇ ਹੀ ਪੈ ਜਾਣਾ ਇਸ ਨੂੰ ਅੱਧ ਜੇ ਜੀ ਪੈ ਜਾਣਾ ਲੱਗ ਪੱਗ ਬਿਲਕੁਲ ਸਰ ਅਲੱਗ ਅਲੱਗ ਪ੍ਰਾਈਸਸ ਨੇ ਇਹਨਾਂ ਦੇ ਬਿਲਕੁਲ ਹਰ ਇੱਕ ਦੀ ਆ ਨਾ ਆਪਦੀ ਇੱਕ ਲੁੱਕ ਆ ਇਹਦੇ ਵੀ 40 ਆ ਹਾਂਜੀ ਸਰ ਇਹਦੇ 40% ਬਿਲਕੁਲ ਬਿਲਕੁਲ ਠੰਡੀਆਂ ਥਾਂ ਅੰਦਰ ਫਰ ਲੱਗੀ ਆ ਆ ਜੈਪ ਲੱਗੀ ਇੱਕ ਮਿੰਟ ਮੈਂ ਦਿਖਾਉਣਾ ਆ ਜੈਪ ਖੁੱਲ ਗਈ ਅਤੇ ਆਹ ਫਰ ਲੱਗੀ ਆ ਕਿਉਂ ਗਿੱਟੇ ਤੱਕ ਨਿੱਘੇ ਰਹੋਗੇ ਬਿਲਕੁਲ ਸਰ ਹਾਂ ਉੱਤੇ ਜਾ ਉੱਤੇ ਨਿੱਘੇ ਹੋਣ ਹੋਣਾ ਉਹ ਜੈਕਟਸ ਵੀ ਬਣਾ ਦਿੰਦੇ ਹੋ ਤੁਸੀਂ ਹੈ ਨਾ ਹਾਂਜੀ ਹਾਂਜੀ ਸਰ ਬਿਲਕੁਲ ਲੈਦਰ ਜੈਕਟਸ ਨੇ ਅਸੀਂ ਉਹ ਕਸਟਮਾਈਜ਼ ਕਰੀ ਦਿਆਂ ਨੇ ਬਸ ਬਸ ਲੈਦਰ ਉਸੇ ਵੀ ਤਰੀਕੇ ਦੇ ਤੁਸੀਂ ਕਰਾ ਸਕਦੇ ਹੋ ਜਿਹੜੇ ਬਰਫਾਂ 'ਚ ਅੱਗੇ ਘੁੰਮਦੇ ਹੁੰਦੇ ਸੀ ਨਾ ਬਾਬਰ ਹੁਣੀ ਕਿਤੋਂ ਸਮਰਕੰਦ ਆਉਂਦੇ ਸੀ ਉਹ ਲੈਦਰ ਦੇ ਪਾ ਕੇ ਤੁਰੇ ਫਿਰਦੇ ਸੀ ਹਾਂਜੀ ਹਾਂਜੀ ਬਿਲਕੁਲ ਸਰ ਆ ਇਹਨਾਂ ਨਾਲ ਨਹੀਂ ਸੀ ਉਹਨਾਂ ਦੀ ਗੱਲ ਬਣਦੀ ਇੱਕ ਭਰਾ ਮੈਨੂੰ ਆਰਟੀਕਲ ਜਿਹੜੇ ਮੈਨੂੰ ਮਨ ਭਾਉਂਦੇ ਆ ਚਾਹ ਜਾਂਦਾ ਮੈਂ ਆਪ ਇਹ ਜੇ ਪਾ ਕੇ ਰਾਜੀ ਹਾਂ ਮੈਨੂੰ ਆਹ ਬਹੁਤ ਸੋਹਣਾ ਲੱਗਿਆ ਯਾਰ ਸਰ ਇਹਦੇ ਵਿੱਚ ਅਸੀਂ ਪ੍ਰੋਪਰ ਕ੍ਰਸਟ ਵਾਲਾ ਸਾਰਾ ਯੂਜ਼ ਕੀਤਾ ਹੋਇਆ ਹਾਂ ਜੀ ਇਹ ਕਿੰਨੇ ਕਦਾ ਹੋਊਗਾ ਟੀਪੀਆਰ ਸੋਲਸ ਨੇ ਇਹਦੇ ਹਾਂ ਸਰ ਇਹਦੀ ਜਿਹੜੀ ਕਾਸਟ ਹੈਗੀ 10,500 ਹੈ ਤੇ ਕੋਈ ਵੀਡੀਓ ਦੇਖ ਕੇ ਆਵੇ ਮਾੜਾ ਮੋਟਾ ਸਰ ਬਿਲਕੁਲ ਡਿਸਕਾਊਂਟ ਕਰਾਂਗੇ ਜੇ ਕੋਈ ਵੀਡੀਓ ਦੇਖ ਕੇ ਆ ਰਿਹਾ ਤਾਂ ਕੋਈ ਐ ਮਾਨ ਤਾਂ ਰੱਖ ਦੀ ਹਾਂਜੀ ਹਾਂਜੀ ਬਿਲਕੁਲ ਆਹ ਕਲਰ ਆ ਇੱਕ ਸਰ ਬਲੈਕ ਹੈ ਦੇ ਵਿੱਚ ਇੱਕ ਬਲੈਕ ਦੇ ਦੋ ਕਲਰ ਆਪਸ਼ਨਸ ਨੇ ਬਗੋਚ ਬ੍ਰਾਂਡ ਵੀਰ ਇਹਦਾ ਆਪਦਾ ਬਣਾਇਆ ਹੋਇਆ ਬ੍ਰਾਂਡ ਆ ਇਹਨੂੰ ਆਪਾਂ ਦੁਨੀਆ ਪੱਧਰ ਤੇ ਜਾ ਹੀ ਰਿਹਾ ਖੈਰ ਹਨਾ ਹਾਂਜੀ ਜਾ ਰਿਹਾ ਸਰ ਬਿਲਕੁਲ ਤੁਹਾਡੇ ਹੌਸਲੇ ਦੀ ਵੀ ਲੋੜ ਆ ਹਨਾ ਬਿਲਕੁਲ ਜੀ ਤੇ ਮਤਲਬ ਕੁਝ 100 ਸਾਰਾ 100 ਸਾਰਾ ਸਰ
ਇਹ ਆਰਟੀਕਲਸ ਇੱਦਾਂ ਦੇ ਨੇ, ਇਹਨਾਂ ਨੇ ਜਾਣਾ ਹੀ ਨਹੀਂ ਕੀਤਾ, ਤੁਸੀਂ ਇਹਨੂੰ ਜਿੰਨੀ ਦੇਰ ਮਰਜ਼ੀ ਪਾਓ। ਬਾਕੀ ਗਰੰਟੀ ਵੀ ਹੈ ਸਾਡੇ ਕਲਰਸ ਨੂੰ ਲੈ ਕੇ ਜੀ, ਕਲਰਸ ਨੂੰ ਲੈ ਕੇ, ਸੋਲਸ ਨੂੰ ਲੈ ਕੇ ਗਰੰਟੀ ਹੈ ਸਾਡੀ। ਬਿਲਕੁਲ, ਇਹ ਵੱਡੀ ਗੱਲ ਹੋ ਗਈ। ਬਿਲਕੁਲ, ਇਦੋਂ ਬਿਨਾਂ ਇੱਕ ਨਾ ਹੋਰ ਸੀਗਾ ਇੱਥੇ, ਜ਼ਹਿਰੀਲਾ ਜਿਹਾ, ਆਹ ਚਮਕਦਾਰ ਜਿਹਾ, ਤੁਸੀਂ ਸਰ ਦੇਖੋ ਕਲਰ ਹੀ ਮੈਨੂੰ ਸਮਝ ਆਇਆ ਹੈ ਕਿਹੜਾ ਇਹ, ਸ਼ਾਈਨਿੰਗ ਬਾਹਲੀ ਹੈ ਇਹਦੀ। ਹਾਂਜੀ ਸਰ, ਇਹ ਪੇਟੈਂਟ ਲੈਦਰ ਯੂਜ਼ ਕੀਤਾ ਹੋਇਆ, ਉਹ ਤਾਂ ਤੁਹਾਨੂੰ ਬਲੈਕ ਲੱਗ ਰਿਹਾ ਵਾ। ਹਾਂ ਜੀ, ਨਾ ਕਿ ਚੈਲਸੀਆ, ਕਹਿੰਦੇ ਕੀ ਕਹਿੰਦੇ ਇਹਨੂੰ ਸਰ, ਇਹ ਚੈਲਸੀਆ ਸ਼ੂ ਹੈ ਜੀ, ਪੇਟੈਂਟ ਲੈਦਰ ਦੇ ਵਿੱਚ, ਪੇਟੈਂਟ ਲੈਦਰ ਚੈਲਸੀਆ। ਜੇ ਇਹਨੂੰ ਬਾਹਰ ਜਾ ਕੇ ਦੇਖੋਗੇ ਡਾਰਕ ਬਰਾਊਨ ਕਲਰ ਦੀ ਸ਼ੇਡ ਦੇਗਾ ਤੁਹਾਨੂੰ। ਤੇ ਇਹ ਕਿੰਨੇ ਕਿਦਾ ਹੋਊਗਾ ਸਰ? ਇਹਦਾ ਪ੍ਰਾਈਸ 9500 ਹੈ ਜੀ। ਤੇ ਗੱਲਬਾਤ ਪੂਰੀ ਆ ਦਰਸ਼, ਪਰ ਗੱਲ ਹੈਗੀ ਨਾ ਇਹਦੇ, ਜਦੋਂ ਤੁਸੀਂ ਪਿਓਰ ਲੈਦਰ ਲੈਣ ਦੇ ਸ਼ੌਕੀਨ ਆ, ਬਿਲਕੁਲ ਸਰ, ਤੇ ਉਦੋਂ ਹੀ ਫਿਰ ਗੱਲ ਬਣਨੀ ਆ, ਹਨਾ। ਉਹ ਤਾਂ ਸਸਤਾ ਬਾਜ਼ਾਰ ਤਾਂ 1000 ਤੋਂ 500 ਦਾ ਵੀ ਮਿਲ ਜਾਂਦਾ। ਅਸੀਂ ਸਰ ਜਿੰਨੇ ਵੀ ਆਰਟੀਕਲਸ ਇੱਥੇ ਤੁਸੀਂ ਦੇਖ ਰਹੇ ਹੋ ਲੱਗੇ ਡਿਸਪਲੇ ਕੀਤੇ ਹੋਏ ਨੇ ਜੀ, ਇਹ ਸਾਰੇ ਸਰ ਪ੍ਰੋਪਰ ਲੈਦਰਸ ਦੇ ਵਿੱਚ ਨੇ, ਨੋਨ ਲੈਦਰ ਚੀਜ਼ ਨਾਲ ਅਸੀਂ ਡੀਲ ਹੀ ਨਹੀਂ ਕਰਦੇ। ਆ ਦੇਖੋ, ਇਹ ਸਾਰੇ ਹੈਗੇ ਬਲੂ ਸ਼ੇਡ ਦੇ ਵਿੱਚ, ਹਨਾ। ਆ ਦੇਖ ਸਕਦੇ ਹੋ ਤੁਸੀਂ ਕੈਮਰੇ ਦੇ ਦਰਸ਼ਕੋ, ਤੁਹਾਡੀ ਸਕਰੀਨ ਤੇ ਨਜ਼ਰ ਆ ਜਾਣਗੇ ਆ ਬਲੂ ਸ਼ੇਡ ਦੇ ਵਿੱਚ। ਭਰਾ ਇਹ ਬਾਲੇ ਸੋਹਣੇ ਆ, ਆ ਆ ਵੀ ਬਹੁਤ ਸੋਹਣਾ, ਆ ਚੱਕੀਏ ਸਰ। ਇਹ ਬ੍ਰੌਕਸ ਹੈਗੇ ਨੇ, ਹਾਈ ਨੈਕ ਜੀ ਵਾਲੇ ਜ਼ਿਆਦਾ ਖਿੱਚਦੇ ਆ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਰ, ਘੈਂਟ ਲੱਗਦੇ ਆ ਨਾ ਇਹ। ਇਹ ਸਰ ਡਬਲ ਟੋਨ ਕੀਤਾ ਹੋਇਆ ਸਰ, ਅਪੀ ਤੁਸੀਂ ਦੇਖ ਸਕਦੇ ਹੋ, ਬਲੈਕ ਐਂਡ ਬਲੂ, ਬਲੈਕ ਐਂਡ ਬਲੂ ਦਾ ਕੰਬੀਨੇਸ਼ਨ, ਡਾਰਕ ਬਲੂ ਜਿਹਾ, ਹੈਨਾ। ਹਾਂਜੀ, ਦੇਖੋ ਆ ਚੀਜ਼ਾਂ, ਦੇਖੋ ਕਸਟਮਾਈਜ਼ ਕਰਕੇ ਨਾ ਕਿੰਨਾ ਸੋਹਣਾ, ਤੁਸੀਂ ਆਪਦੇ ਹਿਸਾਬ ਨਾਲ ਵੀ ਕਰਾ ਸਕਦੇ ਹੋ। ਤੇ ਸਰ ਬ੍ਰੌਕਸ ਆਪਾਂ ਯੂਜ਼ ਕੀਤੇ ਹੋਏ ਨੇ ਇਹਦੇ ਵਿੱਚ, ਕਰਸਟ ਲੈਦਰ ਆ ਸਰ ਜੀ, ਤੇ ਡਿਜ਼ਾਈਨ ਇਹਦਾ ਚੁੱਕਸ ਦੇ ਵਿੱਚ ਆ ਜਾਂਦਾ, ਨਾਲ ਜਿਹਦਾ ਹਾਈਟ ਅਸੀਂ ਮੇਨਟੇਨ ਕੀਤੀ ਹੋਈ ਹੈ ਜੀ ਜੀ। ਇੱਕ ਮੈਨੂੰ ਹੋਰ ਦੱਸਿਓ ਜੀ ਸਰ, ਹੁਣ ਆਪਣੇ ਪੁਲਿਸ ਮਹਿਕਮੇ ਦੇ ਵਿੱਚ ਵੀ ਹਾਂਜੀ ਹੁੰਦੇ ਆਪਣੇ, ਹੈ ਨਾ ਭਰਾ, ਤਾਂ ਉਹਨਾਂ ਵਾਸਤੇ ਆਹ ਇਹ ਠੀਕ ਆ ਇਹ ਸਰ ਆਰਟੀਕਲ ਬੇਸਿਕਲੀ ਸਿਰ ਬਣਾਈਦਾ ਜ਼ਿਆਦਾ ਪੁਲਿਸ ਮਹਿਕਮੇ ਵਾਸਤੇ ਹੀ ਹੈ। ਆਪਣੇ ਭਾਈਚਾਰੇ ਵਾਲੇ ਕਹਿ ਸਕਦੇ ਆ ਕਿ ਪੁਲਿਸ ਮਹਿਕਮੇ ਵਾਲੇ ਬੰਦੇ ਵੀ ਬਿਲਕੁਲ ਸਰ ਇਹਨੂੰ ਦੇਖ ਕੇ ਗੱਲਬਾਤ ਕਰ ਸਕਦੇ ਆ। ਮਤਲਬ ਗੱਲ ਹੈ ਵੀ ਤੁਹਾਡਾ ਵੀ ਹਰੇਕ ਵਰਗ ਲਈ ਹੋਈ ਹੈ ਸਮਾਨ, ਬਿਲਕੁਲ ਸਾਰੇ ਵਾਰ। ਨਾਲੇ ਸਰ ਸਭ ਤੋਂ ਵੱਡੀ ਸਪੈਸ਼ਲਿਟੀ ਸਾਡੀ ਇਹ ਹੈ, ਜਿਹੜੇ ਸਾਈਜ਼ਸ ਨੇ ਸਾਡੇ ਕੋਲ 48 ਤੱਕ ਅਵੇਲੇਬਲ ਨੇ, ਤੱਕ ਲਾ ਕੇ ਚਲੋ। ਬਾਕੀ ਤੁਸੀਂ ਜੋ ਕਸਟਮਾਈਜ਼ ਕਰਾਉਣਾ ਫਿਰ ਤਾਂ ਭਾਵੇਂ ਜਿਹੜਾ। ਹਾਂਜੀ ਹਾਂਜੀ, ਬਿਲਕੁਲ ਸਰ, ਉਹਦੇ ਪ੍ਰੋਪਰ ਪੈਰ ਦਾ ਸਾਈਜ਼ ਕਰ ਦਿੱਤਾ। ਕ੍ਰੋਕੋਡਾਈਲ ਸ਼ੇਡ, ਹਾਂਜੀ ਸਰ, ਇਹ ਵੀ ਕ੍ਰੋਕੋਡਾਈਲਸ ਨੇ ਵਾਲੀਆਂ, ਇਹ ਸਾਰਾ ਹੈਂਡ ਟਿਪਿੰਗ ਸਰ ਕੀਤੀ ਹੋਈ ਹੈ ਇਹਦੇ ਉੱਤੇ। ਇਹ ਹੈਂਡਮੇਡ ਬਣਿਆ ਸਾਰਾ ਸਰ, ਹੈਂਡਮੇਡ ਹੈ। ਨੀਚੇ ਤੁਸੀਂ ਦੇਖ ਸਕਦੇ ਹੋ ਲੈਦਰ ਸੋਲ ਅਸੀਂ ਯੂਜ਼ ਕੀਤਾ, ਲੈਦਰ ਕਮ ਵੁੱਡ ਦਾ ਮਿਕਸਚਰ ਹੈ ਜੀ ਸੋਲ ਦਾ ਨੀਚੇ ਦੀ। ਅੱਛਾ, ਇਹ ਵੁੱਡ ਲੱਕੜੀ ਆ। ਹਾਂਜੀ ਸਰ, ਇਸ ਤਰ੍ਹਾਂ ਕੇ ਲੈਦਰ ਸਾਰਾ ਦਿੱਤਾ ਹੋਇਆ ਸੀ। ਆ ਦੇਖੋ ਟੋਨ ਹੈ ਨਾ ਇਹਨਾਂ ਦੀ। ਹਾਂਜੀ ਹਾਂਜੀ ਬਿਲਕੁਲ ਸਰ, ਆਹੀ ਚੀਜ਼ਾਂ ਮੁੱਲ ਆ ਹੋਰ ਕਿਤੇ ਯਾਰ। 90% ਜਿਹੜੇ ਸਾਡੇ ਆਰਟੀਕਲਸ ਲੱਗੇ ਹੋਏ ਨੇ ਨਾ ਜੀ, ਇਹ ਸਾਰੇ ਵੁਡਨ ਸੋਲਸ ਦੇ ਵਿੱਚ ਹੀ ਨੇ। ਦੇਖੋ ਆਹ ਆਹ ਬਹੁਤ ਸੋਹਣਾ ਵੀਰੇ, ਸਰ ਇਹ ਮਿਡਨਾਈਟ ਬਲੂ ਵਿੱਚ ਡਬਲ ਮੌਂਕਸ ਨੇ ਆ ਵਾਲੇ ਮੌਂਕਸ ਨਾ। ਹਾਂਜੀ ਦੇਖੋ ਕਿੱਡਾ ਸੋਹਣਾ ਰੰਗ ਰੂਪ, ਕਮਾਲ ਹੀ ਨਜ਼ਰ ਆਊਗਾ। ਗੱਲਬਾਤ ਕਰਨੀ ਆ, ਹਜੇ ਬਹੁਤ ਆਰਟੀਕਲ ਪਏ ਆ, ਤੇ ਆ ਬਲੈਕ ਕੀ ਹਰ ਰੰਗ ਇਹਨਾਂ ਕੋਲੇ ਪਿਆ ਵਾ, ਯੂਨੀਕ ਰੰਗ। ਇਦੋਂ ਬਿਨਾਂ ਆਪਣੇ ਕੋਲ ਆਹ, ਇਹ ਵੀ ਨਵਾਂ ਜੀ ਸਰ, ਇਹ ਵੀ ਸਰ ਨਵਾਂ, ਮੈਂ ਪਹਿਲੀ ਵਾਰ ਦੇਖ ਰਿਹਾ। ਹਾਂਜੀ ਹਾਂਜੀ ਸਰ, ਬਿਲਕੁਲ ਸਰ, ਸਵੀਟ ਲੈਦਰਸ ਆਪਾਂ ਯੂਜ਼ ਕੀਤੇ ਹੋਏ ਨੇ ਇਹਦੇ ਵਿੱਚ। ਅੱਛਾ, ਹਾਂਜੀ, ਤੇ ਇਹ ਆ ਵਧੀਆ ਚੀਜ਼ ਆ, ਹੈ ਨਾ। ਇਹ ਕੀ ਰੇਟ ਹੋਊਗਾ ਇਹਦਾ ਸਰ? ਇਹਦਾ 8500 ਹੈ ਜੀ। 8500? ਹਾਂਜੀ, ਤੇ ਆ ਲੱਕੜੀ ਨਹੀਂ, ਇਹਦਾ ਸੋਲ ਸਰ, ਵੁੱਡ ਸੋਲ, ਵੁੱਡ ਸੋਲ, ਛਾਲੇ ਵੁੱਡ ਸੋਲ ਆ। ਹਾਂਜੀ ਹਾਂਜੀ, ਤੇ ਇੱਕ ਜੁੜੀ ਤੁਸੀਂ ਤਿਲਕਣ ਦੇ ਲਈ ਇੱਕ ਤੁਹਾਨੂੰ ਦੱਸਿਆ ਸੀ, ਤੁਹਾਨੂੰ ਨੂੰ ਇੰਪਰੂਵ ਕੀਤਾ ਕਿ ਹਾਂਜੀ ਸਰ, ਬਿਲਕੁਲ ਫਰਕ ਪੈ ਗਿਆ ਸਰ। ਨੀਚੋ ਦਾ ਲੈਦਰ ਹੀ ਸਾਰਾ ਅਸੀਂ ਯੂਜ਼ ਕੀਤਾ ਹੋਇਆ ਇਹਦੇ। ਅੱਗੇ ਅਸੀਂ ਇਹਦੇ TPR ਦੀ ਨਾ ਕੰਬੀਨੇਸ਼ਨਸ ਦਿੱਤੇ ਨੇ ਕਿ ਪੈਰ ਤੁਹਾਡਾ ਸਲਿਪ ਨਾ ਹੋਵੇ। ਇੰਪਰੂਵ ਕੀਤਾ ਪਹਿਲਾਂ, ਇੰਪਰੂਵ ਕੀਤਾ ਕਿਉਂਕਿ ਪਿੱਛੇ ਥੋੜੀ ਕੰਪਲੇਂਟ ਵੀ ਸੀ ਕਿ ਲੈਦਰ ਸੋਲ ਹੈ ਜਿਹੜਾ ਥੋੜਾ ਸਲਿਪ ਕਰਦਾ ਵਾ।
ਜਿੱਦਾਂ ਇਹਦੇ ਉੱਤੇ ਸਰ ਤੁਸੀਂ ਦੇਖ ਸਕਦੇ ਸੀ ਵੁਡਨ ਫਿਨਿਸ਼ਿੰਗ ਕੀਤੀ ਹੋਈ ਹੈ ਜੀ, ਇਹ ਸਰ 8500 ਦਾ ਤੇ ਸਰ ਜਿੱਦਾਂ ਨਾਲ ਤੁਸੀਂ ਦੇਖੋਗੇ ਪਲੇਨ ਬਲੈਕ ਹੈ ਜੀ, ਇਹ ਸਰ 8000 ਦਾ ਤੇ ਜਿੱਦਾਂ ਸਰ ਹੁਣ ਐਮਬਰਾਇਡਰੀ ਵਾਲੇ ਸ਼ੁਰੂ ਹੋ ਗਏ ਆਰਟੀਕਲ ਉਤਲੇ ਕਢਾਈ ਵਾਲੇ, ਹਾਂਜੀ ਇਹ ਸਰ 9500 ਦਾ ਜੀ, 9500 ਦੇ ਬਿਲਕੁਲ, ਮਤਲਬ ਹਰ ਰੇਟ ਤੁਹਾਨੂੰ ਅਲੱਗ ਅਲੱਗ ਇੱਥੋਂ ਹਾਂਜੀ ਹਾਂਜੀ ਬਾਕੀ ਸਰ ਵੈਰਾਈਟੀ ਨਜ਼ਰ ਆ ਜੂਗੀ ਇਹ ਤੋਂ ਬਿਨਾਂ, ਆਹ ਸਾਈਡ ਬੈਗ ਜਿਹੜੇ, ਹਾਂਜੀ ਸਰ ਇਹ ਸਾਈਡ ਬੈਗਸ ਨੇ, ਅੱਛਾ ਇਹ ਵੀ ਬਣਾ ਦਿੰਦੇ ਹੋ, ਹਾਂਜੀ ਹਾਂਜੀ ਸਰ ਬਿਲਕੁਲ, ਇਹ ਸਰ ਕਿਸੇ ਨੇ ਕਸਟਮਾਈਜ਼ ਕਰਾਇਆ ਵਾ ਤੇ ਇਹਦੇ ਵਿੱਚ ਸਰ ਉਹਨਾਂ ਨੇ ਆਈਪੈਡ ਆਪਣਾ ਯੂਜ਼ ਕਰਨਾ ਸੀਗਾ, ਅੰਦਰ ਅਸੀਂ ਨਾ ਟੇਪ ਦਿੱਤੀ ਹੋਈ ਹੈ ਉਦਾਂ, ਅੱਛਾ ਪਟਾ ਹੋ ਗਿਆ ਇਹਦਾ, ਹਾਂਜੀ ਇਹ ਤਾਂ ਸਰ ਇਹਦੇ ਸਲਿੰਗ ਹੋ ਗਈ ਜੀ, ਅੰਦਰ ਅਸੀਂ ਟੇਪ ਦਿੱਤੀ ਹੋਈ ਵੈਲਕਰੋ ਟੇਪ, ਇਹਦੇ ਅੰਦਰ ਉਹਨਾਂ ਨੇ ਆਪਣਾ ਇੱਕ ਵੈਪਨ ਦਾ ਕਵਰ ਬਣਵਾਇਆ ਵਾ, ਅੱਛਾ ਉਹ ਆਪਣਾ ਵੈਪਨ ਵੀ ਇਹਦੇ ਵਿੱਚ ਯੂਜ਼ ਕਰ ਦੇਣਾ, ਹਾਂ ਸਹੀ ਆ ਜੀ, ਇਹ ਚੀਜ਼ ਵਧੀਆ ਚੀਜ਼ ਆ ਬਿਲਕੁਲ, ਇੱਥੇ ਤਾਂ ਸਾਈਡ ਤੇ ਆ ਜਾਇਆ ਕਰੂਗਾ, ਸਾਈਡ ਤੇ ਆ ਜਾਏਗਾ ਸਰ ਬਿਲਕੁਲ ਬਿਲਕੁਲ, ਇਹਦੇ ਵਿੱਚ ਸਰ ਆ ਗਨ ਮੈਟਲ ਸਾਰਾ ਯੂਜ਼ ਕੀਤਾ ਸੀ ਕਿ ਪਲਾਸਟਿਕ ਬਕਲਸ ਨਹੀਂ ਹੈਗੇ, ਗਨ ਮੈਟਲ ਸਾਰਾ ਗਨ ਮੈਟਲ ਹੈ ਸਰ ਜੀ ਜੀ, ਇੱਥੇ ਰੱਖਦਾ ਮੈਂ, ਹਾਂਜੀ ਹਾਂਜੀ ਸਰ ਚੱਕ ਲਿਓ, ਤੇ ਆ ਆ ਛੋਟੇ ਵੀ ਆ ਜਾਣਗੇ ਸਾਈਜ਼ ਨਾ ਜੋ, ਹਾਂਜੀ ਸਰ ਇਹ ਵੀ ਸਰ ਆਇਲ ਪੁਲ ਅਪ ਲੈਦਰਸ ਦੇ ਵਿੱਚ ਨੇ ਸਾਰੇ ਜੀ ਜੀ, ਆ ਦੇਖੋ ਜੇ ਦੱਸ ਰ ਆਪਾਂ ਲਾਸਟ ਟਾਈਮ ਵੀ ਦਿਖਾਇਆ ਸੀਗਾ ਕਿ ਥੋੜਾ ਕਲਰ ਇਹਨਾਂ ਦਾ ਚੇਂਜ, ਮਤਲਬ ਮੜਕੂਗਾ ਨਹੀਂ, ਇੱਕ ਮੜਕ ਜਾਂਦੀ ਹੈ ਨਾ ਚੀਜ਼, ਹਾਂਜੀ ਹਾਂਜੀ, ਇਵਨ ਸਰ ਇਹਨਾਂ ਦੇ ਕਲਰਸ ਵੀ ਨਾਲ ਚੇਂਜ ਹੁੰਦੇ, ਤੁਸੀਂ ਦੇਖ ਸਕਦੇ ਹੋ, ਹਾਂ ਇਹ ਲਾਈਟ ਵੀ ਚਲੇ ਗਿਆ, ਹਾਂ ਬਿਲਕੁਲ ਬਿਲਕੁਲ, ਸਮੇਂ ਸਮੇਂ ਦਾ ਰੰਗ ਚੇਂਜ ਹੁੰਦਾ ਬਿਲਕੁਲ ਸਰ, ਇਹ ਆਇਲ ਪੁਲ ਅਪ ਲੈਦਰ ਹੈ ਵਾਲਾ ਜੀ, ਤੇ ਦੋਨੇ ਵੈਪਨਸ ਦੇ ਕਵਰ ਵੀ ਆਪਣੇ ਕੋਲ, ਹਾਂਜੀ ਸਰ ਬਿਲਕੁਲ ਵੈਪਨ ਕਵਰ ਸੀ, ਆ ਰਹਿ ਗਿਆ ਸੀ, ਆ ਰਹਿ ਗਿਆ ਵੈਪਨ ਤੇ ਹੁੰਨੇ ਹਾਂਜੀ, ਇਹ ਬੜਾ ਸੋਹਣਾ ਬਣਾਈ ਬੈਠੇ ਹੋ, ਇਹ ਵੀ ਨਵਾਂ ਵਾ, ਹਾਂਜੀ ਸਰ ਨਵਾਂ ਆਰਟੀਕਲ ਹੈ, ਇਹ ਸਨੇਕ ਲੈਦਰ ਯੂਜ਼ ਕੀਤਾ, ਪੇਟੈਂਟਸ ਵਿੱਚ ਸਨੇਕ ਹੈ, ਬਿਲਕੁਲ ਦੇਖੋ ਤਾਂ ਸਹੀ, ਇੰਨੇ ਆਰਟੀਕਲਾਂ ਚੋਂ ਪਸੰਦ ਨਾ ਆਇਆ, ਹਾਂਜੀ ਹਾਂਜੀ ਬਿਲਕੁਲ ਸਰ, ਇੱਕ ਸਰ ਇਹ ਵੀ ਸਨੇਕ ਹੈ ਜੀ, ਆ ਵੀ ਬਹੁਤ ਸੋਹਣਾ ਵੀਰੇ ਹੈ ਨਾ, ਹਾਂਜੀ ਸਰ ਬਿਲਕੁਲ, ਇਹਦੀ ਕੀ ਖਾਸੀਅਤ ਹੈ ਇਹਦੀ ਸਰ, ਇਹ ਸਨੇਕ ਲੈਦਰ ਯੂਜ਼ ਕੀਤਾ ਹੋਇਆ, ਤੁਸੀਂ ਲੈਦਰ ਦੀ ਸੌਫਟਨੈਸ ਦੇਖ ਸਕਦੇ ਹੋ, ਮਤਲਬ ਕਿ ਜੋ ਵੀ ਇੱਕ ਆਰਟੀਕਲ ਜੋ ਲਗਾਤਾਰ ਰੈਗੂਲਰ ਵਿਕਦਾ ਉਹ ਕਿੰਨਾ ਕੁ ਚਿਰ ਮੇਨਟੇਨ ਰੱਖਦੇ ਹੋ ਸਰ, ਅਸੀਂ ਇੱਕ ਆਰਟੀਕਲ ਹੈ ਜਿਹੜਾ ਮੈਕਸਿਮਮ ਦੋ ਜਾਂ ਤਿੰਨ ਵਾਰ ਬਣਾਈਦਾ, ਅੱਛਾ ਤਾਂ ਕੋਈ ਯੂਨੀਕ ਰਹੇ, ਯੂਨੀਕ ਰਹੇ ਸਰ, ਦੇਖੋ ਲੈ, ਮਤਲਬ ਜੇ ਕਿਸੇ ਕਸਟਮਾਈਜ਼ ਕਰਾਉਣਾ ਉਹ ਕਰ ਦੋਗੇ, ਉਹ ਕਰ ਦਾਂਗੇ ਸਰ ਆਪਾਂ, ਇੱਕ ਆਰਟੀਕਲ ਜਿਹੜਾ ਡਿਸਪਲੇ ਉੱਤੇ ਦੋ ਤੋਂ ਤਿੰਨ ਵਾਰ ਬਣੇਗਾ, ਉਸ ਤੋਂ ਬਾਅਦ ਉਹ ਚੇਂਜ ਹੋ ਜਾਂਦਾ ਸਾਡਾ, ਉਸ ਤੋਂ ਬਾਅਦ ਤੁਸੀਂ ਹੋਰ ਕੋਈ ਨਵੀਂ ਕਾਰਡ ਕਰੋਗੇ, ਨਵੀਂ ਚੀਜ਼ ਆ ਜਾਂਦੀ ਹੈ ਜੀ ਬਿਲਕੁਲ, ਦੇਖੋ ਕਿਹੜਾ ਇਹ ਸਰ, ਇਹ ਡਬਲ ਮੌਂਕਸ ਨੇ ਆ ਵਾਲੇ ਵੀ, ਕ੍ਰਿਸਟ ਲੈਦਰ ਹੈ ਸਾਰਾ ਜੀ ਬਿਲਕੁਲ ਸਰ, ਇਹ ਤੋਂ ਬਿਨਾਂ ਤੁਸੀਂ ਹੋਰ ਕਹਿ ਰਹੇ ਸੀਗੇ ਹਾਈ ਨੈਕ ਵਾਲੇ ਆਪਾਂ ਦੇਖ ਰਹੇ ਹਾਂ ਸਰ ਬਿਲਕੁਲ, ਕਿਹੜਾ ਰੰਗ ਇਹ ਸਰ, ਇਹ ਡਾਰਕ ਬਰਾਊਨ ਕਲਰ ਹੈ ਜੀ ਬਿਲਕੁਲ, ਡਾਰਕ ਬਰਾਊਨ ਕਲਰ, ਕਿਉਂਕਿ ਨਾ ਸ਼ੇਡਾਂ ਦੋ ਤਿੰਨ ਮਾਰਦੇ ਕਰਕੇ ਸਰ, ਡਿਊਲ ਸ਼ੇਡਡ ਹੀ ਹੈ, ਇਹਨੇ ਸ਼ੇਡ ਤੁਹਾਨੂੰ ਡਬਲ ਹੀ ਦੇਣੀ ਹੈ ਜੀ, ਇੱਕ ਸਰ ਇਹਦੇ ਵਿੱਚ ਆਹ ਵਾਲਾ ਕਲਰ ਹੈ ਜੀ, ਇੱਕ ਸਰ ਆਹ ਵਾਲਾ ਕਲਰ ਆ ਜਾਏਗਾ ਜੀ ਇਹਦੇ ਵਿੱਚ, ਮਾਈਨ ਇਹ ਥੋੜ੍ਹਾ ਚੈਰੀ ਟੱਚ ਆ, ਇਹ ਚੈਰੀ ਟੱਚ ਦੇ ਵਿੱਚ ਹੈ ਜੀ, ਇਹ ਚੈਰੀ ਟੱਚ ਥੋੜੀ ਵਾਈਨ ਟੋਨ ਸਰ ਇਹਦੇ ਵਿੱਚ ਅਸੀਂ ਐਡ ਆਨ ਕੀਤੀ ਹੋਈ ਹੈ, ਬਿਲਕੁਲ ਬਿਲਕੁਲ, ਇਹ ਕੀ ਰੇਟ ਹੋ ਸਕਦਾ ਸਰ, 10500 ਦਾ ਜੀ, 10500 ਬਿਲਕੁਲ ਸਰ, ਤੇ ਇਦੋਂ ਬਿਨਾਂ ਉਹ ਬੈਲਟਾਂ ਦੀ ਗੱਲ ਕਰਕੇ, ਹਾਂਜੀ ਸਰ ਆ ਜਾਓ ਪਲੀਜ਼, ਆ ਜਾਓ ਇੱਧਰ ਆਓ, ਦਿਖਾਓ ਗੋਪੀ ਵੀਰੇ, ਆਹ ਬੱਕਲ ਵਗੈਰਾ ਬਹੁਤ ਹੈ, ਵੱਡੇ ਵੱਡੇ ਗਨ ਮੈਟਲਸ, ਇਹ ਸਰ ਸਾਰਾ ਗਨ ਮੈਟਲ ਹੈ, ਆਪਾਂ ਲਾਸਟ ਟਾਈਮ ਸਰ ਕਵਰ ਕੀਤਾ ਸੀ ਹੈਂਡ ਕਾਰਵਿੰਗਸ ਨੂੰ ਜੀ, ਸਾਰੀ ਸਰ ਹੈਂਡ ਕਾਰਵਿੰਗਸ ਨੇ, ਹੱਥ ਨਾਲ ਬਣੀਆਂ ਹੋਈਆਂ ਬੈਲਟਾਂ ਨੇ, ਹਾਂਜੀ ਬਿਲਕੁਲ ਸਰ, ਹੱਥ ਨਾਲ ਕਾਵ ਕੀਤੀਆਂ ਹੋਈਆਂ ਨੇ, ਇੱਕ ਸਰ ਆ ਸ਼ੇਡ ਆ ਜਾਏਗਾ ਇਹਦੇ ਵਿੱਚ, ਇੱਕ ਸਰ ਆ ਚੀਜ਼ ਆ ਜਾਏਗੀ, ਅੱਛਾ ਬਲੂ ਬਿਲਕੁਲ ਸਰ, ਨਾ ਇਹ ਵੀ ਆਹ ਦਿਖਾਇਓ ਗੋਪੀ ਵੀਰੇ, ਆਹ ਦੇਖੋ ਕਿਹੜਾ ਲੈ, ਬਹੁਤ ਸੋਹਣਾ ਕੰਮ ਇਹ ਸਰ, ਕਾਊਬੋਏ ਬੈਲਟ ਹੈ ਵਾਲੀ, ਜ਼ਿਆਦਾਤਰ ਲੋਕ ਡੈਨਿਮਸ ਨਾਲ ਵੀ ਕੈਰੀ ਕਰਦੇ ਨੇ ਜੀ, ਸਹੀ ਹੈ ਸਹੀ ਆ, ਤੇ ਇੱਕ ਤੁਸੀਂ ਉਹ ਦੱਸ ਦਿਓ ਸ਼ੇਰਵਾਨੀ ਉੱਤੋਂ ਦੀ ਪਾਉਂਦੇ ਹੋ ਕੀ, ਹਾਂਜੀ ਸਰ ਉਹ ਵੀ ਮੈਂ ਦਿਖਾਉਣਾ ਵਾ ਤੁਹਾਨੂੰ, ਮੇਰੇ ਪ੍ਰੇ ਆਹ, ਹਾਂਜੀ ਇਹ ਭਾਅ ਜੀ ਸੈਮ ਬੈਲਟ ਹੈ,
ਸੈਮ ਬੈਲਟ ਇਹ ਮੋਸਟਲੀ ਸ਼ੇਰਵਾਨੀ ਦੇ ਉੱਤੋਂ ਲੋਕੀ ਕੈਰੀ ਕਰਦੇ ਨੇ। ਅੱਛਾ, ਇਹ ਮਤਲਬ ਕਾਰਵਿੰਗ ਹੋਈ ਚ ਕਾਰਵਿੰਗ ਹੈ ਸਾਰੀ। ਹਾਂਜੀ, ਮਤਲਬ ਜਿੱਦਾਂ ਜਿੱਦਾਂ ਕਿ ਆਪਣਾ ਰਾਜੇ ਮਹਾਰਾਜਿਆਂ ਦਾ ਸੀਗਾ। ਹਾਂਜੀ ਬਿਲਕੁਲ, ਜਾਂ ਵੱਡੇ ਫੌਜਦਾਰ ਜਾਂ ਫੌਜੀ ਹਨਾ। ਹਾਂਜੀ ਹਾਂਜੀ, ਉਹਨਾਂ ਵਾਸਤੇ ਹੁੰਦਾ ਸੀ ਜਿੱਤੇ ਇੱਧਰ ਨਾਲ ਵੈਪਨ ਕੈਰੀ। ਹਾਂਜੀ ਸਰ, ਇੱਧਰ ਵੈਪਨ ਕੈਰੀ ਕਰ ਸਕਦੇ ਹੋ ਜਿੱਦਾਂ ਸ਼ੇਰਵਾਨੀ ਦੇ ਉੱਤੋਂ ਪਾਉਣਾ ਤੁਸੀਂ ਤਾਂ ਇਹਦੇ ਵਿੱਚ ਸਵਾਰਡ ਆ ਜਾਂਦੀ ਹੈ ਜੀ। ਕੋਈ ਤਲਵਾਰ ਆ ਗਈ ਜਾਂ ਵੈਪਨ ਪਿਸਤਲ ਵਗੈਰਾ ਵੀ ਆ ਸਕਦਾ। ਹਾਂਜੀ, ਕੁਝ ਵੀ ਸਰ, ਕੁਝ ਵੀ ਕੈਰੀ ਕਰ ਸਕਦੇ ਹੋ ਤੁਸੀਂ। ਇਹ ਵਿਆਹ ਸ਼ਾਦੀਆਂ ਨੂੰ ਜ਼ਿਆਦਾਤਰ। ਹਾਂਜੀ ਸਰ, ਮੈਰਿਜਸ ਹੋ ਗਿਆ ਜਾਂ ਉਦਾਂ ਵੀ ਕਈ ਲੋਕ ਕਰਦੇ ਨੇ ਜੀ ਕੈਰੀ ਇੱਦਾਂ। ਇਹ ਵੀ ਇੱਕ ਚੰਗੀ ਚੀਜ਼ ਆ ਨਾ, ਇਹ ਆਪਾਂ ਇੱਕ ਡੰਮੀ ਤੇ ਉਦਾਂ ਲਾ ਕੇ ਦਿਖਾਇਆ। ਬਿਲਕੁਲ ਸਰ, ਉਸ ਤੋਂ ਬਾਅਦ ਸਰ ਐਡਜਸਟਮੈਂਟਸ ਦਿੱਤੀਆਂ ਹੋਈਆਂ ਨੇ ਬੈਕ ਸਾਈਡ ਦੇ ਉੱਤੇ ਜੀ, ਆਪਣੇ ਤਰੀਕੇ ਨਾਲ ਐਡਜਸਟ ਕਰ ਸਕਦੇ ਹੋ। ਗਨ ਮੈਟਲ ਦੇ ਬੱਕਲ। ਹਾਂਜੀ, ਦੇਖੋ ਇਵਨ ਤੁਸੀਂ ਬੱਕਲਸ ਦੇ ਸਕਦੇ ਵੀ ਸਾਰੇ ਕਾਫ ਕੀਤੇ ਹੋਏ ਨੇ। ਬਿਲਕੁਲ ਬਿਲਕੁਲ, ਬਹੁਤ ਸੋਹਣਾ। ਤੇ ਇਹ ਤੋਂ ਬਿਨਾਂ ਫਿਰ ਗੱਲ ਕਰੀਏ, ਆਹ ਕਿਹੜੀਆਂ ਜੁੱਤੀਆਂ ਹੁੰਦੀਆਂ ਇਹ? ਸਰ ਇਹ ਜ਼ਿਆਦਾਤਰ ਸ਼ੇਰਵਾਨੀ ਪਠਾਨੀ ਸੂਟਸ ਵਗੈਰਾ ਨਾਲ ਚੱਲਦੀਆਂ ਨੇ। ਹਵਾਦਾਰ ਜੀਆਂ ਖੁੱਲੀਆਂ ਡੁੱਲੀਆਂ ਹਨਾ। ਹਾਂਜੀ ਹਾਂਜੀ ਸਰ, ਦੇਖੋ ਆਹ ਪਿਸ਼ਾਵਰੀ ਜੁੱਤੀ ਹੈ ਜੀ, ਪਿਸ਼ਾਵਰੀ। ਹਾਂਜੀ, ਦੇਖੋ ਗੱਲ ਇਹ ਪਿਸ਼ਾਵਰ ਜਾਣ ਦੀ ਲੋੜ ਨਹੀਂ, ਜਦੋਂ ਗਏ ਉੱਥੇ ਵੀ ਜਾਣਾ ਚਾਹੀਦਾ ਆਪਣੇ ਹੀ ਮੁਲਕ ਉਹ ਵੀ। ਅਤੇ ਆਹ ਪਰ ਇੱਥੇ ਵੀ ਤੁਹਾਨੂੰ ਜਲੰਧਰ 'ਚ ਵੀ ਇਹ ਚੀਜ਼ਾਂ ਮਿਲ ਜਾਣਗੀਆਂ, ਪਿਓਰ ਲੈਦਰ ਦੇ ਵਿੱਚ। ਪਿਓਰ ਲੈਦਰ ਹੈ ਸਰ, ਕ੍ਰਸ ਲੈਦਰ ਯੂਜ਼ ਕਰਦੇ। ਪਿਸ਼ਾਵਰੀ ਕਿਉਂ ਮਸ਼ਹੂਰ ਆ ਕਿ ਉੱਥੇ ਵਧੀਆ ਬਣਾਉਂਦੇ ਸੀ ਪਿਓਰ ਲੈਦਰ 'ਚ। ਹਾਂਜੀ ਸਰ, ਬਿਲਕੁਲ, ਉਹ ਹੁਣ ਆਪਾਂ ਜਲੰਧਰ ਵੀ ਬਣਾਈ ਜਾਂਦੇ ਹਾਂ। ਬਿਲਕੁਲ ਜੀ, ਬਿਲਕੁਲ ਸਰ। ਅਤੇ ਇਹ ਗੱਲਬਾਤ ਆ ਜੀ, ਅਤੇ ਇਦੋਂ ਬਿਨਾਂ ਵਰਾਇਟੀ ਜਿੰਨੀ ਦੇਖੋਗੇ ਉਨੀ ਹੀ ਤੁਹਾਨੂੰ ਨਜ਼ਰ ਆਈ ਹੋਊਗੀ। ਪਿਸ਼ਾਵਰੀ ਸਰ ਹੋਰ ਵੀ ਆ ਜਾਏਗੀ। ਹਾਂਜੀ, ਇੱਕ ਆਹ ਇਹ ਬੈਗ, ਇਹ ਸਰ ਲੈਪਟਾਪ ਬੈਗ ਹੈ ਜੀ। ਜੀ, ਥੋੜਾ ਵਿੰਟੇਜ ਕਲਰੀਆਂ ਹੈ ਇਹਨਾਂ ਦਾ। ਇਹ ਸਰ ਇਹਦਾ ਕਲਰ ਹੀ ਇਦਾਂ ਦਾ ਵਿੰਟੇਜ ਲੁੱਕ ਦਿੱਤੀ ਹੋਈ ਹੈ, ਇਹਦੇ ਵਿੱਚ ਗਨ ਮੈਟਲ ਸਾਰਾ ਯੂਜ਼ ਕੀਤਾ ਹੋਇਆ। ਤੇ ਸਰ ਜੋ ਕੋਈ ਵੀ ਅਸੀਂ ਹੁੱਕ ਹੈ ਜਿਹੜੀ ਉਹ ਪਲਾਸਟਿਕ ਨਹੀਂ ਯੂਜ਼ ਕਰਦੇ, ਈਵਨ ਜਿਹੜਾ ਜ਼ਿਪ ਦਾ ਬੱਕਲ ਤੱਕ ਲੱਗਾ ਹੋਇਆ ਵਾ, ਜ਼ਿਪ ਹੈ ਜਿਹੜੀ, ਉਹ ਵੀ ਮੈਟਲ ਦੇ ਵਿੱਚ ਹੈ ਜੀ। ਇਹ ਪੁਰਾਣੀਆਂ ਅੰਗਰੇਜ਼ਾਂ ਦੀਆਂ ਫਿਲਮਾਂ ਵਾਲੇ ਆ, ਜਦੋਂ ਬਲੈਕ ਐਂਡ ਵਾਈਟ ਜ਼ਮਾਨੇ 'ਚ ਹੁੰਦੇ ਸੀ ਨਾ, ਕਲਾਸਿਕ ਲੁੱਕ ਵਾਲੇ। ਕਲਾਸਿਕ ਲੁੱਕ ਸਰ, ਬਿਲਕੁਲ, ਇਹ ਜੀ ਵਰਾਇਟੀ ਇਹਨਾਂ ਕੋਲ ਕਾਹ ਪਿਆ, ਮੈਂ ਕੱਢ ਕੇ ਚੁਣੀ ਦੇ ਰੱਖ ਲਏ ਸੀ ਕਿ ਇਹ ਵੀ ਸਰ ਬਿਲਕੁਲ ਇਹ ਵੀ ਵਿੰਟੇਜ ਹੈ। ਵਿੰਟੇਜ ਲੈ ਦੇਖੋ ਸਹੀ, ਆਹ ਵੀ ਸੋਹਣਾ। ਇਹਨਾਂ ਦੇ ਸਰ ਕਲਰ ਚੇਂਜ ਹੁੰਦੇ ਨੇ, ਰਫ ਜਿਹਾ ਦੇਖੋ, ਰਫ ਜਿਹਾ ਲੱਗਦਾ। ਹਾਂਜੀ ਸਰ, ਰਫਲੀ ਯੂਜ਼ ਹੁੰਦਾ ਇਹ, ਇਹਦਾ ਕਲਰ ਚੇਂਜ ਹੁੰਦਾ ਜੀ, ਆਹ ਦੇਖੋ ਕਲਰ ਵੀ ਚੇਂਜ ਹੋ ਗਿਆ। ਇਵਨ ਤੁਸੀਂ ਇਹਦੇ ਉੱਤੇ ਕਹਿ ਲਵੋ ਕਿ ਚਾਕੂ ਵੀ ਮਾਰ ਦੋਗੇ, ਨਾਈਫ ਵੀ ਮਾਰ ਦੋਗੇ ਨਾ, ਤਾਂ ਵੀ ਉਹਦੇ ਅੰਦਰ ਤੱਕ ਨਹੀਂ ਜਾਏਗਾ ਜੀ। ਫਿਰ ਮਜ਼ਬੂਤ ਆ ਨਾ ਫਿਰ। ਬਿਲਕੁਲ ਸਰ, ਬਿਲਕੁਲ, ਇਹ ਤਾਂ ਫਿਰ ਲੈਦਰ ਕਾਹਦਾ ਹੋਇਆ ਜੀ, ਮਾੜੀ ਜਿਹੀ ਗੱਲ ਨਾਲ ਡੋਲ ਗਿਆ। ਬਿਲਕੁਲ ਸਰ, ਤੇ ਦੇਖੋ ਦੇਖੋ ਵਾਹਵਾ ਸ਼ੋਰੂਮ ਇਹਨਾਂ ਦਾ ਕਾਫੀ। ਸਰ ਮੈਂ ਤੁਹਾਨੂੰ ਪਿਸ਼ਾਵਰੀ ਜੁੱਤੀ ਦਿਖਾਣਾ ਜੀ। ਜੀ 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 ਜੀ, ਵਧੀਆ ਚੀਜ਼ ਤੁਸੀਂ ਲੁਕੋ ਕੇ ਰੱਖਦੇ ਆ। ਬਿਲਕੁਲ ਸਰ, ਇਹ ਸਰ ਮੈਸ਼ ਇਹਦੇ ਵਿੱਚ ਯੂਜ਼ ਕੀਤਾ ਹੋਇਆ ਲੈਦਰ ਹੈ ਸਾਰਾ ਜੀ, ਬਾਕੀ ਸਰ ਕ੍ਰਸਟ ਹੈ ਸਾਰੀ। ਕ੍ਰਸਟ ਸਾਰੀ, ਇਹ ਕਿੰਨੇ ਕੁ ਦਾ ਹੋਊਗਾ ਅੰਦਾਜ਼ਾ? ਸਰ ਇਹ ਵਾਲਾ ਜਿਹੜਾ ਆਰਟੀਕਲ ਹੈ ਸਰ 8500 ਦਾ ਜੀ, ਇਹ ਵਾਲਾ 8500, 8500। ਹਾਂਜੀ ਸਰ, ਤੇ ਬਾਕੀ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਸਰ, ਬਿਲਕੁਲ ਅਸੀਂ ਡਿਸਕਾਊਂਟ ਉਹਦਾ ਮਾਣ ਤਾਂ ਰੱਖ ਲਿਓ ਹੈ ਨਾ। ਤੇ ਦਰਸ਼ਕੋ, ਇਹ ਸੀ ਬਗੋਚ ਬ੍ਰਾਂਡ ਮਾਡਲ ਟਾਊਨ, ਕੈਪਸ਼ਨ ਦੇ ਬਿਲਕੁਲ ਸਾਹਮਣੇ ਜਲੰਧਰ ਦੇ ਵਿੱਚ ਬਹੁਤ ਸਾਰੇ ਆਰਟੀਕਲ ਪਏ ਨੇ ਹੈ ਨਾ। ਤੁਸੀਂ ਦੇਖੋਗੇ ਤੁਹਾਡਾ ਲੱਗੂਗਾ ਵੀ ਗੱਲਬਾਤ ਹੈਗੀ ਆ, ਐਂ ਨਹੀਂ ਕਿ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਆ। ਤਾਂ ਪਿਓਰ ਲੈਦਰ ਦੀ ਗਰੰਟੀ? ਬਿਲਕੁਲ ਸਰ, ਪਿਓਰ ਲੈਦਰ ਦੀ ਗਰੰਟੀ, ਭਾਵੇਂ ਲੈਬ 'ਚ ਟੈਸਟ ਕਰਾ ਲਿਓ। ਇੱਦਾਂ ਹੀ ਨਾ ਗੱਲ? ਬਿਲਕੁਲ ਸਰ। ਅਤੇ ਸਿਮਰ ਵੀਰੇ, ਥੈਂਕ ਯੂ, ਤੁਸੀਂ ਸਮਾਂ ਦਿੱਤਾ, ਮਿਹਰਬਾਨੀ, ਵਿਜ਼ਿਟ ਕਰ ਸਕਦੇ ਹੋ, ਧੰਨਵਾਦ।